ਕੌਮਾਂ ਜੀਉਣ, ਸਦਾ ਕੁਰਬਾਨੀਆਂ ਅਤੇ ਅਣਖ ਮਰੇ ਅਤੇ ਕੌਮ ਹੈ ਮਰ ਜਾਂਦੀ। ਉਸ ਕੌਮ ਨੂੰ ਸਦਾ ਇਤਿਹਾਸ ਪੁੱਜੇ, ਬਿਪਤਾ ਹੱਸ ਕੇ ਕੌਮ ਜੋ ਜਰ ਜਾਂਦੀ, ਬਿਪਤਾ ਹੱਸ ਕੇ ਕੌਮ ਜੋ ਜਰ ਜਾਂਦੀ। ਆਵਾਜ਼ ਕੌਮ ਟੀ ਵੀ ਦੇ ਦਰਸ਼ਕੋ, ਇਸ ਵੇਲੇ ਮੇਰੇ ਨਾਲ ਸ਼ਹੀਦ ਭਾਈ ਸਤਵੰਤ ਸਿੰਘ ਜੀ ਦੇ ਮਾਤਾ ਜੀ ਪਿਆਰ ਕੌਰ ਬੈਠੇ ਨੇ। ਮਾਤਾ ਜੀ ਪਿਆਰ ਕੌਰ ਨਾਲ ਅਸੀਂ ਦੋ ਗੱਲਾਂ ਕਰਦੇ ਹਾਂ। ਮਾਤਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਤਾ ਜੀ, ਸਭ ਤੋਂ ਪਹਿਲਾਂ ਅੱਜ ਵੀਰ ਦਾ ਸ਼ਹੀਦੀ ਦਿਹਾੜਾ ਆ, ਔਰ ਤੁਹਾਡਾ ਬੇਟਾ ਆ, ਤੁਸੀਂ ਕੀ ਮਹਿਸੂਸ ਕਰਦੇ? ਅਸੀਂ ਬਹੁਤ ਮਹਿਸੂਸ ਕਰਦੇ ਹਾਂ, ਅਸੀਂ ਇਸ ਗੱਲ ਦਾ ਬਹੁਤ ਮਾਣ ਕਰਦੇ ਹਾਂ ਕਿ ਸਾਡੇ ਪੁੱਤਰ ਨੇ ਗੁਰੂ ਘਰ ਦਾ ਬਦਲਾ ਲਿਆ, ਸਿੱਖ ਕੌਮ ਦਾ ਸਿਰ ਉੱਚਾ ਕੀਤਾ, ਡਿੱਗੀ ਹੀ ਪੱਗ ਸਿਰਾਂ 'ਤੇ ਰੱਖ ਦਿੱਤੀ। ਸਾਨੂੰ ਇਸ ਗੱਲ ਦਾ ਬਹੁਤ ਮਾਣ ਆ। ਤੁਹਾਨੂੰ ਮਤਲਬ ਕੋਈ ਇਸ ਵਿੱਚ ਨਹੀਂ ਵੀ ਮੇਰਾ ਬੇਟਾ ਸ਼ਹੀਦ ਹੋਇਆ, ਕਦੀ ਮਾਂ ਇਸ ਚੀਜ਼ 'ਤੇ ਨਹੀਂ ਸੋਚਦੀ? ਵੇਖੋ ਜੀ, ਮੌਤ 'ਤੇ ਜਾਂਦਿਆਂ ਉੱਥੇ ਵੀ ਆ ਜਾਂਦੀ ਆ, ਐਕਸੀਡੈਂਟ ਨਾਲ ਵੀ ਹੋ ਜਾਂਦੀ ਆ। ਇਹ ਗੁਰੂ ਘਰ ਦਾ ਬਦਲਾ ਲਿਆ, ਸਾਡੇ ਮਨ 'ਤੇ ਕੋਈ ਨਹੀਂ, ਸਾਨੂੰ ਚਾਅ ਆ ਵੀ ਸਾਡੇ ਪੁੱਤਰ ਨੇ ਗੁਰੂ ਘਰ ਦਾ ਬਦਲਾ ਲਿਆ। 100 ਸਾਲ ਕੇ ਬਾਅਦ ਵੀ ਮਰਨਾ ਜ਼ਰੂਰ ਥਾ, 100 ਸਾਲ ਕੇ ਬਾਅਦ ਵੀ ਮਰਨਾ ਜ਼ਰੂਰ ਥਾ, ਕੌਮ ਸਰ ਕੌਮ ਕਾ ਜੁਕਾਨਾ, ਜੇ ਮੇਰੀ ਗੈਰਤ ਸੇ ਦੂਰ ਥਾ, ਜੇ ਮੇਰੀ ਗੈਰਤ ਸੇ ਦੂਰ ਥਾ। ਹੋ ਮਾਤਾ ਜੀ, ਤੁਸੀਂ ਵਿਚਾਰ ਸੁਣ ਰਹੇ ਹੋ, ਕਹਿੰਦੇ ਆ ਕਿ ਕੌਮ ਦਾ ਸਿਰ ਫਖਰ ਉੱਚਾ ਹੋਇਆ ਆ, ਜੋ ਮੇਰੇ ਬੇਟੇ ਨੇ ਕੀਤਾ ਉਹ ਸਹੀ ਕੀਤਾ ਆ। ਮਾਤਾ ਜੀ, ਕੁਛ ਹੋਰ ਤੁਸੀਂ ਕੋਈ ਕੌਮ ਦੇ ਨਾਲ ਸੰਦੇਸ਼ ਦੀਆਂ ਗੱਲਾਂ ਕਰੋ। ਕੌਮ ਦੇ ਸੰਦੇਸ਼ ਨਾਲ ਇਹੋ ਹੀ ਆ ਵੀ ਸਾਨੂੰ ਕੌਮ ਪਿਆਰ ਦਿੰਦੀ ਰਹੇ ਅਤੇ ਸਾਨੂੰ ਸਤਿਕਾਰ ਦਿੰਦੀ ਰਹੇ, ਅਸੀਂ ਬਹੁਤ ਇਸ ਗੱਲ ਦਾ, ਕੌਮ ਨਾਲ ਹੀ ਅਸੀਂ ਉੱਚੇ ਹਾਂ ਅਤੇ ਕੌਮ ਹੀ ਸਾਡਾ ਸਤਿਕਾਰ ਕਰਦੀ ਆ। ਮਾਤਾ ਜੀ, ਤੁਸੀਂ ਸਰਕਾਰ ਦੇ ਤਾਂ ਅਸੀਂ ਅੱਗੇ ਹੀ ਦੁਸ਼ਮਣ ਹਾਂ। ਮਾਤਾ, ਜਿੱਥੇ ਤੁਸੀਂ ਵੇਖਿਆ ਏਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਆ ਕੌਮ ਨੂੰ ਇੱਕ ਹੋਣ ਦੇ ਵਿੱਚ, ਹਾਲੇ ਤੱਕ ਵੀ ਤੁਸੀਂ ਵੇਖ ਰਹੇ ਕਿ ਕੌਮ ਇੱਕ ਨਹੀਂ ਗੀ, ਇਹ ਪਾਟੋ ਧਾੜ 'ਚ ਪਏ ਆ, ਪਾਰਟੀਬਾਜ਼ੀ ਪਏ ਆ, ਇਹਨਾਂ ਲੋਕਾਂ ਨੂੰ ਤੁਸੀਂ ਕੀ ਕਹੋਗੇ ਮਾਤਾ ਜੀ? ਅਸੀਂ ਇਹਨਾਂ ਨੂੰ ਕੀ ਕਹਿਣਾ ਆ, ਜੋ ਕੋਈ ਕਿਸੇ ਦੀ ਮੰਨਦਾ ਪੁੱਤਰ, ਕੋਈ ਨਹੀਂ ਮੰਨਦਾ, ਜੋ ਆਪਣੇ ਸਿਰ 'ਤੇ ਪਈ ਉਹ ਹੀ ਚੱਲਦਾ ਹੈ। ਜੋ ਮਾਤਾ ਜੀ, ਹੁਣ ਤੁਸੀਂ ਵੇਖਿਆ ਕਿ ਆਪ 2 ਮਹੀਨੇ ਤੋਂ ਹੋ ਰਿਹਾ, ਜਦੋਂ ਗੁਰੂ ਮਹਾਰਾਜ ਦਾ ਲਾਂਘਾ ਖੁੱਲ੍ਹਿਆ ਆ, ਸਭ ਤੋਂ ਬੜੀ ਵੱਡੀ ਖੁਸ਼ੀ ਵੀ ਹੋਈ ਸੀ, ਪਰ ਆ ਥੋੜ੍ਹੇ ਦਿਨਾਂ ਦੇ ਵਿੱਚ ਆ ਘਟਨਾਵਾਂ ਹੋਈਆਂ, ਤੁਸੀਂ ਵੇਖੀਆਂ ਆ, ਇਹ ਘਟਨਾਵਾਂ ਦੇ ਵਿੱਚ ਵੇਖਿਆ ਤੁਸੀਂ ਵੀ ਜੇ ਪਾਕਿਸਤਾਨ ਨੂੰ ਵੇਖੀਏ ਤਾਂ ਉੱਧਰ ਵੀ ਸਿੱਖਾਂ ਨੂੰ ਮਾਰ ਪੈ ਰਹੀ ਆ, ਅਤੇ ਇੱਧਰ ਵੀ ਸਾਡੇ ਜਿੰਨੇ ਵੀ ਆ ਗੁਰਦੁਆਰਾ ਸਾਹਿਬ ਜਿੰਨੇ ਆ ਸਾਡੇ, ਉਹ ਜੇ ਉੜੀਸਾ ਦੇ ਵਿੱਚ ਵੇਖੋ ਉਹ ਢਾਹਤੇ ਆ, ਜੇ ਮੱਧ ਪ੍ਰਦੇਸ਼ ਸਾਡੇ ਉਹ ਵੀ ਸਾਡੇ ਨਾਲ ਧੱਕੇ ਹੋ ਰਹੇ ਆ, ਅਤੇ ਇਹਦੇ ਬਾਰੇ ਤੁਸੀਂ ਇੱਕ ਸਿੱਖ ਕੌਮ ਨੂੰ ਕੀ ਕਹਿਣਾ ਚਾਹੁੰਦੇ ਜਾਂ ਸਰਕਾਰਾਂ ਨੂੰ ਕੀ ਕਹੋਗੇ? ਅਸੀਂ ਤਾਂ ਵੀਰ ਕੀ ਕਹਿਣਾ ਸਰਕਾਰਾਂ ਨਾਲ, ਸਰਕਾਰਾਂ ਨੇ ਤਾਂ ਥਾਂ ਰਾਹ ਖੋਲ੍ਹਿਆ, ਸਰਕਾਰਾਂ ਨੇ ਸਾਰੇ ਕੰਮ ਕੀਤੇ ਨੇ, ਸਰਕਾਰਾਂ ਦਾ ਹੀ ਤਾਂ ਸਾਰਾ ਕੰਮ ਆ, ਤਾਂ ਅਸੀਂ ਕੀ ਕਹਿ ਸਕਦੇ? ਕੋਈ ਕੌਮ ਦੇ ਨਾਲ ਸੰਦੇਸ਼ ਦਿਓ ਸਾਰੇ ਸਿੱਖ ਕੌਮ ਨੂੰ। ਅਸੀਂ ਸਿੱਖ ਕੌਮ ਨੂੰ ਇਹੋ ਹੀ ਆਉਂਦੇ ਹਾਂ ਵੀ ਏਕਤਾ ਦੀ ਲੜੀ 'ਚ ਹੋਣ, ਅਤੇ ਸਾਰੀ ਕੌਮ ਜਿਹੜੀ ਆ ਏਕਤਾ ਦੇ ਨਾਲ ਤੁਰੇ ਅਤੇ ਏਕਤਾ ਦੇ ਨਾਲ ਰਹੇ, ਅਤੇ ਫਿਰ ਸਿੱਖ ਕੌਮ ਦਾ ਭਲਾ। ਸੋ ਵੇਖਿਆ ਮਾਤਾ ਜੀ ਤੁਸੀਂ ਕਿ ਉਹ ਜ਼ਿਆਦਾ ਕਹਿੰਦੇ ਕਿ ਮੈਂ ਜ਼ਿਆਦਾ ਕੁਛ ਨਹੀਂ ਬੋਲ ਸਕਦੇ, ਔਰ ਉਹਨਾਂ ਨੇ ਇਹੀ ਕਿਹਾ ਹੈ ਕਿ ਸਿੱਖ ਕੌਮ ਨੂੰ ਜਿਸ ਤਰ੍ਹਾਂ ਮੀਆਂ ਮਰਜ਼ੀ ਸਾਰੀਆਂ ਆਪਣੀਆਂ ਰੰਜਿਸ਼ਾਂ ਭੁੱਲ ਕੇ ਇੱਕ ਲੜੀ ਦੇ ਵਾਂਗ ਜਿਸ ਤਰ੍ਹਾਂ ਉਹਨਾਂ ਨੂੰ ਬਿਲਕੁਲ ਇਕੱਠੇ ਹੋਣਾ ਚਾਹੀਦਾ ਆ, ਆਓ ਗੱਜ ਕੇ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।